ਨਹੀਂ, ਅਸੀਂ ਮੈਂ ਬੜੀਆਂ ਸਖਤ ਹਦਾਇਤਾਂ ਕੀਤੀਆਂ, ਹੁਣੇ ਮਿਲੇ ਅੰਮ੍ਰਿਤਸਰ ਸੀ ਪੀ ਦੇ ਨਾਲ ਵੀ ਅਤੇ ਐਸ ਐਸ ਪੀ ਸਾਹਿਬ ਨਾਲ ਵੀ ਗੱਲ ਹੋਈ ਹੈ। ਕੱਲ੍ਹ ਲੁਧਿਆਣੇ ਦੇ ਵਿੱਚ ਵੀ ਇੱਕ ਐੱਨ ਆਰ ਆਈ ਪਰਿਵਾਰ ਦੇ ਉੱਤੇ ਗੋਲੀ ਜਿਹੜੀ ਚੱਲੀ, ਅਤੇ ਕੱਲ੍ਹ ਵੀ ਸੀ ਪੀ ਲੁਧਿਆਣਾ ਨੇ ਉਸੇ ਵੇਲੇ ਇਨਵੈਸਟੀਗੇਟ ਕੀਤਾ, ਬੰਦਿਆਂ ਦੇ ਪਰਚਾ ਵੀ ਕਰਤਾ। ਉਦੋਂ ਪਤਾ ਲੱਗਾ ਕਿ ਦੋ ਭੈਣਾਂ ਦਾ ਆਪਸੀ ਜਾਇਦਾਦ ਦਾ ਮਾਮਲਾ ਸੀ। ਹੁਣ ਵੀ ਮੈਂ ਪੁਲਿਸ ਪਤਾ ਕਰ ਰਹੀ ਹਾਂ ਕਿ ਇਹਨਾਂ ਦਾ ਆਪਸੀ ਨਿੱਜੀ ਕੋਈ ਪ੍ਰੋਪਰਟੀ ਦਾ ਕੁਛ ਨਿੱਜੀ ਰੰਜਿਸ਼ ਤਾਂ ਨਹੀਂ ਸੀ। ਅਸੀਂ ਉਹਦੇ ਖਿਲਾਫ਼ ਜਿਨ੍ਹਾਂ ਨੇ ਵੀ ਗੋਲੀ ਚਲਾਈ ਹੈ ਸਖ਼ਤ ਕਾਰਵਾਈ ਕਰਾਂਗੇ, ਔਰ ਜਿਹੜਾ ਬੰਦਾ ਜ਼ਖਮੀ ਹੋਇਆ ਉਹਦਾ ਇਲਾਜ ਵੀ ਜਿਹੜਾ ਅਸੀਂ ਕਰ ਰਹੇ ਹਾਂ। ਸੋ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਬੰਦਾ ਲਾਅ ਐਂਡ ਆਰਡਰ ਖਿਲਾਫ਼ ਕਰੂਗਾ ਪੰਜਾਬ ਦੇ ਵਿੱਚ, ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਉਹਦੇ ਖਿਲਾਫ਼ ਜਿਹੜੀ ਸਖ਼ਤ ਕਾਰਵਾਈ ਕਰੂਗੀ। ਔਰ ਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਐੱਨ ਆਰ ਆਈ ਵੀਰ ਬੈਠੇ ਆ, ਸਭ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਾਂ ਜਿਹੜਾ ਤੁਹਾਡਾ ਆਪਸੀ ਪ੍ਰੋਪਰਟੀਆਂ ਦਾ, ਕੱਲ੍ਹ ਵੀ ਅੱਜ ਵੀ ਮੇਰੇ ਕੋਲ ਕਿੰਨੇ ਕੇਸ ਆਏ ਆ, ਕੱਲ੍ਹ ਵੀ ਮੇਰੇ ਕੋਲ ਚੰਡੀਗੜ੍ਹ ਕੇਸ ਆਏ, ਕੱਲ੍ਹ ਜਲੰਧਰ ਸਰਕਟ ਹਾਊਸ ਮੈਂ ਬੈਠਾ ਸੀਗਾ ਉੱਥੇ ਵੀ ਮੇਰੇ ਕੋਲ ਕੇਸ ਆਏ। ਮੈਂ ਸਭ ਨੂੰ ਇਹ ਕਹਿੰਦਾ ਕਿ ਜਾਂ ਜਿਹੜੇ ਤੁਹਾਡੇ ਕੋਠੀਆਂ ਦੇ ਜ਼ਮੀਨਾਂ ਦੇ ਜਾਤੀ ਮਸਲੇ ਜਿਹੜੇ ਹੁਣੇ ਇੱਕ ਹੁਣੇ ਉੱਠ ਕੇ ਗਿਆ ਮੇਰੇ ਕੋਲ, ਹੁਣੇ ਆਏ ਸੀਗੇ ਲੁਧਿਆਣੇ ਤੋਂ, ਮੈਂ ਸਭ ਨੂੰ ਬੇਨਤੀ ਕਰਦਾ ਇਹਨਾਂ ਦੇ ਵੀਰਾਂ ਨੂੰ ਕਿ ਆਪਣੇ ਜਿਹੜੇ ਆ ਜਿਹੜੇ ਤੁਹਾਡੇ ਪਰਿਵਾਰਕ ਮਸਲੇ ਆ, ਪ੍ਰੋਪਰਟੀਆਂ ਦੇ ਝਗੜੇ ਆ, ਇਹਨਾਂ ਨੂੰ ਬੈਠ ਕੇ ਨਜਿੱਠੋ, ਸਮਾਜਿਕ ਤੌਰ 'ਤੇ ਆਪੋ ਜੀ ਨਜਿੱਠੋ। ਸਾਡੀ ਜੋ ਡਿਊਟੀ ਅਸੀਂ ਤਾਂ ਕਰ ਰਹੇ ਹਾਂ, ਅਸੀਂ ਤਾਂ ਮਾਨ ਸਾਹਿਬ ਨੇ ਤੈਅ ਕੀਤਾ ਕਿ ਦੁਨੀਆ ਭਰ ਦੇ ਕਿਸੇ ਵੀ ਕੋਨੇ ਦੇ ਵਿੱਚ ਜਿਹੜਾ ਐੱਨ ਆਰ ਆਈ ਬੈਠਾ ਉਹਦੀ ਜਾਨ ਮਾਲ ਦੀ ਰਾਖੀ ਕਰਨੀ ਸਾਡੀ ਡਿਊਟੀ ਆ। ਔਰ ਮੈਂ ਐੱਨ ਆਰ ਆਈ ਨੂੰ ਕਹੂੰਗਾ ਕਿ ਘਬਰਾਉਣ ਦੀ ਲੋੜ ਨਹੀਂ, ਇਹ ਜਾਤੀ ਮਸਲਿਆਂ 'ਚ ਜਿਹੜਾ ਮਤਲਬ ਹੋ ਰਿਹਾ, ਅੱਜ ਵਾਲਾ ਮਸਲਾ ਜਿਹੜਾ ਹੁਣੇ ਹੀ ਕਨਫਰਮ ਹੋ ਜਾਣਾ, 10-15 ਮਿੰਟ ਬਾਅਦ ਹੁਣੇ ਆਉਂਦੀ ਹੈ ਕਾਲ ਪੁਲਿਸ ਦੀ, ਉਹ ਇਹੀ ਵੈਰੀਫਾਈ ਕਰ ਰਹੇ ਹਾਂ ਕਿ ਇਹਨਾਂ ਦਾ ਜਾਤੀ ਸੀ ਜਾਂ ਕੀ ਸੀਗਾ। ਜੋ ਵੀ ਹੋਵੇ, ਜਾਤੀ ਹੋਵੇ ਜਾਂ ਦੂਜਾ ਹੋਵੇ, ਜਿਨ੍ਹਾਂ ਨੇ ਗੋਲੀ ਚਲਾਈ ਆ, ਜਿਨ੍ਹਾਂ ਨੇ ਹਮਲਾ ਕੀਤਾ ਇਹਨਾਂ ਦਾ, ਇਹ ਉਹਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ। ਨਹੀਂ, ਅਸੀਂ ਮੈਂ ਬੜੀਆਂ ਸਖ਼ਤ ਹਦਾਇਤਾਂ ਕੀਤੀਆਂ, ਹੁਣੇ ਮਿਲੇ ਅੰਮ੍ਰਿਤਸਰ ਸੀ ਪੀ ਦੇ ਨਾਲ ਵੀ ਅਤੇ ਐਸ ਐਸ ਪੀ ਸਾਹਿਬ ਨਾਲ ਵੀ ਗੱਲ ਹੋਈ ਹੈ। ਕੱਲ੍ਹ ਲੁਧਿਆਣੇ ਦੇ ਵਿੱਚ ਵੀ ਇੱਕ ਐੱਨ ਆਰ ਆਈ ਪਰਿਵਾਰ ਦੇ ਉੱਤੇ ਗੋਲੀ ਜਿਹੜੀ ਚੱਲੀ, ਅਤੇ ਕੱਲ੍ਹ ਵੀ ਸੀ ਪੀ ਲੁਧਿਆਣਾ ਨੇ ਉਸੇ ਵੇਲੇ ਇਨਵੈਸਟੀਗੇਟ ਕੀਤਾ, ਬੰਦਿਆਂ ਦੇ ਪਰਚਾ ਵੀ ਕਰਤਾ। ਉਦੋਂ ਪਤਾ ਲੱਗਾ ਕਿ ਦੋ ਭੈਣਾਂ ਦਾ ਆਪਸੀ ਜਾਇਦਾਦ ਦਾ ਮਾਮਲਾ ਸੀ। ਹੁਣ ਵੀ ਮੈਂ ਪੁਲਿਸ ਪਤਾ ਕਰ ਰਹੀ ਹਾਂ ਕਿ ਇਹਨਾਂ ਦਾ ਆਪਸੀ ਨਿੱਜੀ ਕੋਈ ਪ੍ਰੋਪਰਟੀ ਦਾ ਕੁਛ ਨਿੱਜੀ ਰੰਜਿਸ਼ ਤਾਂ ਨਹੀਂ ਸੀ। ਅਸੀਂ ਉਹਦੇ ਖਿਲਾਫ਼ ਜਿਨ੍ਹਾਂ ਨੇ ਵੀ ਗੋਲੀ ਚਲਾਈ ਹੈ ਸਖ਼ਤ ਕਾਰਵਾਈ ਕਰਾਂਗੇ, ਔਰ ਜਿਹੜਾ ਬੰਦਾ ਜ਼ਖਮੀ ਹੋਇਆ ਉਹਦਾ ਇਲਾਜ ਵੀ ਜਿਹੜਾ ਅਸੀਂ ਕਰ ਰਹੇ ਹਾਂ। ਸੋ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਬੰਦਾ ਲਾਅ ਐਂਡ ਆਰਡਰ ਖਿਲਾਫ਼ ਕਰੂਗਾ ਪੰਜਾਬ ਦੇ ਵਿੱਚ, ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਉਹਦੇ ਖਿਲਾਫ਼ ਜਿਹੜੀ ਸਖ਼ਤ ਕਾਰਵਾਈ ਕਰੂਗੀ। ਔਰ ਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਐੱਨ ਆਰ ਆਈ ਵੀਰ ਬੈਠੇ ਆ, ਸਭ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਾਂ ਜਿਹੜਾ ਤੁਹਾਡਾ ਆਪਸੀ ਪ੍ਰੋਪਰਟੀਆਂ ਦਾ, ਕੱਲ੍ਹ ਵੀ ਅੱਜ ਵੀ ਮੇਰੇ ਕੋਲ ਕਿੰਨੇ ਕੇਸ ਆਏ ਆ, ਕੱਲ੍ਹ ਵੀ ਮੇਰੇ ਕੋਲ ਚੰਡੀਗੜ੍ਹ ਕੇਸ ਆਏ, ਕੱਲ੍ਹ ਜਲੰਧਰ ਸਰਕਟ ਹਾਊਸ ਮੈਂ ਬੈਠਾ ਸੀਗਾ ਉੱਥੇ ਵੀ ਮੇਰੇ ਕੋਲ ਕੇਸ ਆਏ। ਮੈਂ ਸਭ ਨੂੰ ਇਹ ਕਹਿੰਦਾ ਕਿ ਜਾਂ ਜਿਹੜੇ ਤੁਹਾਡੇ ਕੋਠੀਆਂ ਦੇ ਜ਼ਮੀਨਾਂ ਦੇ ਜਾਤੀ ਮਸਲੇ ਜਿਹੜੇ ਹੁਣੇ ਇੱਕ ਹੁਣੇ ਉੱਠ ਕੇ ਗਿਆ ਮੇਰੇ ਕੋਲ, ਹੁਣੇ ਆਏ ਸੀਗੇ ਲੁਧਿਆਣੇ ਤੋਂ, ਮੈਂ ਸਭ ਨੂੰ ਬੇਨਤੀ ਕਰਦਾ ਇਹਨਾਂ ਦੇ ਵੀਰਾਂ ਨੂੰ ਕਿ ਆਪਣੇ ਜਿਹੜੇ ਆ ਜਿਹੜੇ ਤੁਹਾਡੇ ਪਰਿਵਾਰਕ ਮਸਲੇ ਆ, ਪ੍ਰੋਪਰਟੀਆਂ ਦੇ ਝਗੜੇ ਆ, ਇਹਨਾਂ ਨੂੰ ਬੈਠ ਕੇ ਨਜਿੱਠੋ, ਸਮਾਜਿਕ ਤੌਰ 'ਤੇ ਆਪੋ ਜੀ ਨਜਿੱਠੋ। ਸਾਡੀ ਜੋ ਡਿਊਟੀ ਅਸੀਂ ਤਾਂ ਕਰ ਰਹੇ ਹਾਂ, ਅਸੀਂ ਤਾਂ ਮਾਨ ਸਾਹਿਬ ਨੇ ਤੈਅ ਕੀਤਾ ਕਿ ਦੁਨੀਆ ਭਰ ਦੇ ਕਿਸੇ ਵੀ ਕੋਨੇ ਦੇ ਵਿੱਚ ਜਿਹੜਾ ਐੱਨ ਆਰ ਆਈ ਬੈਠਾ ਉਹਦੀ ਜਾਨ ਮਾਲ ਦੀ ਰਾਖੀ ਕਰਨੀ ਸਾਡੀ ਡਿਊਟੀ ਆ। ਔਰ ਮੈਂ ਐੱਨ ਆਰ ਆਈ ਨੂੰ ਕਹੂੰਗਾ ਕਿ ਘਬਰਾਉਣ ਦੀ ਲੋੜ ਨਹੀਂ, ਇਹ ਜਾਤੀ ਮਸਲਿਆਂ 'ਚ ਜਿਹੜਾ ਮਤਲਬ ਹੋ ਰਿਹਾ, ਅੱਜ ਵਾਲਾ ਮਸਲਾ ਜਿਹੜਾ ਹੁਣੇ ਹੀ ਕਨਫਰਮ ਹੋ ਜਾਣਾ, 10-15 ਮਿੰਟ ਬਾਅਦ ਹੁਣੇ ਆਉਂਦੀ ਹੈ ਕਾਲ ਪੁਲਿਸ ਦੀ, ਉਹ ਇਹੀ ਵੈਰੀਫਾਈ ਕਰ ਰਹੇ ਹਾਂ ਕਿ ਇਹਨਾਂ ਦਾ ਜਾਤੀ ਸੀ ਜਾਂ ਕੀ ਸੀਗਾ। ਜੋ ਵੀ ਹੋਵੇ, ਜਾਤੀ ਹੋਵੇ ਜਾਂ ਦੂਜਾ ਹੋਵੇ, ਜਿਨ੍ਹਾਂ ਨੇ ਗੋਲੀ ਚਲਾਈ ਆ, ਜਿਨ੍ਹਾਂ ਨੇ ਹਮਲਾ ਕੀਤਾ ਇਹਨਾਂ ਦਾ, ਇਹਦੇ ਉਹਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ। ਨਹੀਂ, ਅਸੀਂ
ਮੈਂ ਬੜੀਆਂ ਸਖਤ ਹਦਾਇਤਾਂ ਕੀਤੀਆਂ ਹੁਣੇ ਮਿਲੇ ਆ ਅੰਮ੍ਰਿਤਸਰ ਸੀ ਪੀ ਦੇ ਨਾਲ ਵੀ ਅਤੇ ਐਸ ਐਸ ਪੀ ਸਾਹਿਬ ਨਾਲ ਵੀ ਗੱਲ ਹੋਈ ਹੈ। ਕੱਲ੍ਹ ਲੁਧਿਆਣੇ ਦੇ ਵਿੱਚ ਵੀ ਇੱਕ ਐੱਨ ਆਰ ਆਈ ਪਰਿਵਾਰ ਦੇ ਉੱਤੇ ਗੋਲੀ ਜਿਹੜੀ ਚੱਲੀ ਅਤੇ ਕੱਲ੍ਹ ਵੀ ਸੀ ਪੀ ਲੁਧਿਆਣਾ ਨੇ ਉਸੇ ਵੇਲੇ ਇਨਵੈਸਟੀਗੇਟ ਕੀਤਾ, ਬੰਦਿਆਂ ਦੇ ਪਰਚਾ ਵੀ ਕਰਤਾ। ਉਦੋਂ ਪਤਾ ਲੱਗਾ ਕਿ ਦੋ ਭੈਣਾਂ ਦਾ ਆਪਸੀ ਜਾਇਦਾਦ ਦਾ ਮਾਮਲਾ ਸੀ। ਹੁਣ ਵੀ ਮੈਂ ਪੁਲਿਸ ਪਤਾ ਕਰ ਰਹੀ ਹਾਂ ਕਿ ਇਹਨਾਂ ਦਾ ਆਪਸੀ ਨਿੱਜੀ ਕੋਈ ਪ੍ਰੋਪਰਟੀ ਦਾ ਕੁਛ ਨਿੱਜੀ ਰੰਜਿਸ਼ ਤਾਂ ਨਹੀਂ ਸੀ। ਅਸੀਂ ਉਹਦੇ ਖਿਲਾਫ਼ ਜਿਨ੍ਹਾਂ ਨੇ ਵੀ ਗੋਲੀ ਚਲਾਈ ਹੈ ਸਖ਼ਤ ਕਾਰਵਾਈ ਕਰਾਂਗੇ ਔਰ ਜਿਹੜਾ ਬੰਦਾ ਜ਼ਖਮੀ ਹੋਇਆ ਉਹਦਾ ਇਲਾਜ ਵੀ ਜਿਹੜਾ ਅਸੀਂ ਕਰ ਰਹੇ ਹਾਂ। ਸੋ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਬੰਦਾ ਲਾਅ ਐਂਡ ਆਰਡਰ ਖਿਲਾਫ਼ ਕਰੂਗਾ ਪੰਜਾਬ ਦੇ ਵਿੱਚ, ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਉਹਦੇ ਖਿਲਾਫ਼ ਜਿਹੜੀ ਸਖ਼ਤ ਕਾਰਵਾਈ ਕਰੂਗੀ। ਔਰ ਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਐੱਨ ਆਰ ਆਈ ਵੀਰ ਬੈਠੇ ਆ ਸਭ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਤੁਹਾਡਾ ਆਪਸੀ ਪ੍ਰੋਪਰਟੀਆਂ ਦਾ, ਕੱਲ੍ਹ ਵੀ ਅੱਜ ਵੀ ਮੇਰੇ ਕੋਲ ਕਿੰਨੇ ਕੇਸ ਆਏ ਆ, ਕੱਲ੍ਹ ਵੀ ਮੇਰੇ ਕੋਲ ਚੰਡੀਗੜ੍ਹ ਕੇਸ ਆਏ, ਕੱਲ੍ਹ ਜਲੰਧਰ ਸਰਕਟ ਹਾਊਸ ਮੈਂ ਬੈਠਾ ਸੀਗਾ ਉੱਥੇ ਵੀ ਮੇਰੇ ਕੋਲ ਕੇਸ ਆਏ। ਮੈਂ ਸਭ ਨੂੰ ਇਹ ਕਹਿੰਦਾ ਕਿ ਯਾਰ ਜਿਹੜੇ ਤੁਹਾਡੇ ਕੋਠੀਆਂ ਦੇ ਜ਼ਮੀਨਾਂ ਦੇ ਜਾਤੀ ਮਸਲੇ ਜਿਹੜੇ ਹੁਣੇ ਇੱਕ ਹੁਣੇ ਉੱਠ ਕੇ ਗਿਆ ਮੇਰੇ ਕੋਲ, ਹੁਣੇ ਆਏ ਸੀਗੇ ਲੁਧਿਆਣੇ ਤੋਂ, ਮੈਂ ਸਭ ਨੂੰ ਬੇਨਤੀ ਕਰਦਾ ਇਹਨਾਂ ਦੇ ਵੀਰਾਂ ਨੂੰ ਕਿ ਆਪਣੇ ਜਿਹੜੇ ਆ ਜਿਹੜੇ ਤੁਹਾਡੇ ਪਰਿਵਾਰਕ ਮਸਲੇ ਆ, ਪ੍ਰੋਪਰਟੀਆਂ ਦੇ ਝਗੜੇ ਆ, ਇਹਨਾਂ ਨੂੰ ਬੈਠ ਕੇ ਨਜਿੱਠੋ, ਸਮਾਜਿਕ ਤੌਰ 'ਤੇ ਆਪੋ 'ਚ ਨਜਿੱਠੋ। ਸਾਡੀ ਜੋ ਡਿਊਟੀ ਅਸੀਂ ਤਾਂ ਕਰ ਰਹੇ ਹਾਂ, ਅਸੀਂ ਤਾਂ ਮਾਨ ਸਾਹਿਬ ਨੇ ਤੈਅ ਕੀਤਾ ਕਿ ਦੁਨੀਆ ਭਰ ਦੇ ਕਿਸੇ ਵੀ ਕੋਨੇ ਦੇ ਵਿੱਚ ਜਿਹੜਾ ਐੱਨ ਆਰ ਆਈ ਬੈਠਾ ਉਹਦੀ ਜਾਨ ਮਾਲ ਦੀ ਰਾਖੀ ਕਰਨੀ ਸਾਡੀ ਡਿਊਟੀ ਆ। ਔਰ ਮੈਂ ਐੱਨ ਆਰ ਆਈ ਨੂੰ ਕਹੂੰਗਾ ਕਿ ਘਬਰਾਉਣ ਦੀ ਲੋੜ ਨਹੀਂ, ਇਹ ਜਾਤੀ ਮਸਲਿਆਂ 'ਚ ਜਿਹੜਾ ਮਤਲਬ ਹੋ ਰਿਹਾ, ਅੱਜ ਵਾਲਾ ਮਸਲਾ ਉਹ ਜਿਹੜਾ ਹੁਣੇ ਹੀ ਕਨਫਰਮ ਹੋ ਜਾਣਾ, 10-15 ਮਿੰਟ ਬਾਅਦ ਹੁਣੇ ਆਉਂਦੀ ਹੈ ਕਾਲ ਪੁਲਿਸ ਦੀ, ਉਹ ਇਹੀ ਵੈਰੀਫਾਈ ਕਰ ਰਹੇ ਹਾਂ ਕਿ ਇਹਨਾਂ ਦਾ ਜਾਤੀ ਸੀ ਜਾਂ ਕੀ ਸੀਗਾ। ਜੋ ਵੀ ਹੋਵੇ, ਜਾਤੀ ਹੋਵੇ ਜਾਂ ਦੂਜਾ ਹੋਵੇ, ਜਿਨ੍ਹਾਂ ਨੇ ਗੋਲੀ ਚਲਾਈ ਆ, ਜਿਨ੍ਹਾਂ ਨੇ ਹਮਲਾ ਕੀਤਾ ਇਹਨਾਂ ਦਾ ਹੀ, ਤਾਂ ਉਹਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ।